कुछ समा पहला कतल कर दिते गए अंतरराष्ट्रीय कबड्डी प्लेयर अरविंदर जीत सिंह पलवान दे परिवार नू इंसाफ दिवाउन वास्ते जिथे वक-वक सियासी आगू खिडारी प्रमोटर अगे आ रहे हन उत्थे ही विदेशी धरती ते वसदे कबड्डी प्रमोटरा खिडारियां वल्लों परिवार दी लगातार मदद कीती जा रही है। दस दिए कि आजाद स्पोर्ट्स क्लब फ्रेसनो कैलिफोर्निया अमेरिका वल्लों अरविंदर पलवान दे परिवार नू 2 लाख रुपए दी सहायता राशि भेजी गई है। जिक्रयोग है कि अमेरिका ते होर मुल्कां तो परिवार नू पहला भी सहायता राशि आ चुकी है अते लगातार विदेशी प्रमोटरां ते खिडारियां वल्लों परिवार नू सहायता दित्ती जा रही है। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਪਿਛਲੇ ਥੋੜ੍ਹੇ ਦਿਨ ਪਹਿਲਾਂ ਪੰਜਾਬ ਦੇ ਵਿੱਚ ਆਪਣਾ ਛੋਟਾ ਵੀਰ ਅਰਵਿੰਦਰ ਸਿੰਘ ਪੱਡਾ ਜੋ ਕਿ ਪਿਛਲਾ ਪਿੰਡ ਲੱਖਣ ਕੇ ਪੱਡੇ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਇੱਕ ਪੰਜਾਬ ਪੁਲਿਸ ਦੇ ਅਫਸਰ ਵੱਲੋਂ ਬੜੀ ਬੇਰਹਿਮੀ ਨਾਲ ਗੋਲੀ ਮਾਰ ਦਿੱਤੀ ਗਈ। ਉਸ ਦੀ ਮੌਕੇ 'ਤੇ ਮੌਤ ਹੋਣ ਨਾਲ ਜੋ ਕਬੱਡੀ ਜਗਤ ਨੂੰ ਅਤੇ ਸਾਰੇ ਪਰਿਵਾਰ ਨੂੰ ਜਿੰਨਾ ਘਾਟਾ ਪਿਆ ਹੈ ਨਾ ਜਿਹੜਾ ਕਿ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਸੋ ਉਸ ਦੁੱਖ ਵਿੱਚ ਸਾਰਾ ਸਾਡੀ ਫ੍ਰੈਸਨੋ ਦੀ ਆਜ਼ਾਦ ਸਪੋਰਟਸ ਕਲੱਬ ਵੱਲੋਂ ਅਸੀਂ ਸਾਰੇ ਪਰਿਵਾਰ ਨਾਲ ਬਹੁਤ ਦੁੱਖ ਦਾ ਪਹਿਲਾਂ ਦਾ ਸ਼ਰੀਕ ਹੋਣ ਦੇ ਅਸੀਂ ਉਪਰਾਲਾ ਕੀਤਾ ਕੋਸ਼ਿਸ਼ ਕੀਤੀ ਹੈ ਵੀ ਇੱਕ ਥੋੜ੍ਹੀ ਜਿਹੀ ਜਿੰਨੀ ਵੀ ਵੱਧ ਤੋਂ ਵੱਧ ਹੈਲਪ ਇਕੱਠਾ ਕਰਕੇ ਸਾਡੇ ਕੋਲੋਂ ਪਰਿਵਾਰ ਦੀ ਹੈਲਪ ਹੋ ਸਕੇ ਫਾਈਨੈਂਸ਼ਲੀ ਜਿੰਨੀ ਵੀ। ਸੋ ਅਸੀਂ ਫ੍ਰੈਸਨੋ ਦੀ ਆਜ਼ਾਦ ਸਪੋਰਟਸ ਕਲੱਬ ਵੱਲੋਂ ਰਲ ਕੇ 2 ਲੱਖ ਰੁਪਏ ਇੰਡੀਆ ਦੇ ਸਾਰੇ ਨੇ ਅਸੀਂ ਆਪਣਾ ਯੋਗਦਾਨ ਪਾ ਕੇ ਇਕੱਠੇ ਕਰਕੇ ਪਰਿਵਾਰ ਨੂੰ ਭੇਜ ਇੰਡੀਆ 'ਚ ਇੱਥੋਂ ਅਸੀਂ ਉਪਰਾਲਾ ਕਰਨ ਲੱਗੇ ਹਾਂ ਸਾਡੇ ਸਾਰਿਆਂ ਵੱਲੋਂ ਉਸ ਪਰਿਵਾਰ ਲਈ ਜਿੰਨੀ ਵੀ ਹੋ ਸਕਦੀ ਹੈ ਫਾਈਨੈਂਸ਼ਲੀ ਸਪੋਰਟ ਅਤੇ ਹੋਰ ਵੀ ਬਾਕੀਆਂ ਨੂੰ ਵੀ ਅਪੀਲ ਕਰਦੇ ਹਾਂ ਜਿੰਨੇ ਵੀ ਸੱਜਣ ਮਿੱਤਰ ਸਾਡੇ ਦੂਰ ਨੇੜੇ ਕਿਤੇ ਵੀ ਬੈਠੇ ਆ ਵੀ ਜਿੰਨਾ ਵੀ ਕੋਈ ਕੁਛ ਕਰ ਸਕਦੇ ਹਾਂ ਉਸ ਪਰਿਵਾਰ ਲਈ ਆਪਾਂ ਕਰ ਸਕੀਏ। ਸੋ ਸਾਰਿਆਂ ਦਾ ਇਸ ਚੀਜ਼ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਕਪੂਰਥਲਾ ਤੋਂ ਇੰਦਰਜੀਤ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।